ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਰੂਪਨਗਰ ਪੁਲਿਸ ਵੱਲੋਂ ਹਾਈਵੇ ਤੋਂ ਵਾਹਨ ਚੋਰੀ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਗਈ ਹੈ। ਇਹ ਜਾਣਕਾਰੀ ਸੀਨੀਅਰ ਪੁਲਿਸ ਕਪਤਾਨ ਸਵਪਨ ਸ਼ਰਮਾ ਨੇ ਪੱਤਰਕਾਰਾਂ ਨੂੰ ਦਿੰਦਿਆਂ ਦੱਸਿਆ ਕਿ ਇਸ ਅੰਤਰਰਾਜੀ ਗਿਰੋਹ ਦਾ ਸਰਗਣਾ ਹਰਪ੍ਰੀਤ ਉਰਫ ਸਮਾਰਟੀ ਜੀਰਕਪੁਰ ਹੈ, ਜਿਸ ਨੇ ਟੈਕਨੋਲੋਜੀ ਵਿੱਚ ਮਾਸਟਰਸ ਕੀਤੀ ਹੋਈ ਹੈ, ਜਿਸਦੇ ਖਿਲਾਫ ਚੰਡੀਗੜ੍ਹ, ਪੰਚਕੂਲਾ ਅਤੇ ਦਿੱਲੀ ਵਿੱਚ 15 ਤੋਂ ਵੱਧ ਕੇਸ ਦਰਜ ਨੇ। ਗ੍ਰਿਫਤਾਰ ਕੀਤੇ ਗਏ 2 ਹੋਰ ਵਿਅਕਤੀ ਇੰਦਰਜੀਤ ਵਾਸੀ ਰੂਪਨਗਰ ਅਤੇ ਨਰਿੰਦਰ ਵਾਸੀ ਰਾਜਪੁਰਾ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇਸ ਆਪਰੇਸ਼ਨ 'ਚ 15 ਮਹਿੰਗੀਆਂ ਕਾਰਾਂ, SUV ਅਤੇ 6 ਵਾਹਨਾਂ ਦੇ ਇੰਜਨਾਂ ਨੂੰ ਬਰਾਮਦ ਕੀਤਾ। ਇਹ ਗੱਡੀਆਂ ਰੂਪਨਗਰ, ਮੋਹਾਲੀ, ਕੁਰੂਕਸ਼ੇਤਰ, ਫਰੀਦਕੋਟ, ਪਟਿਆਲਾ ਅਤੇ ਦਿੱਲੀ ਤੋਂ ਜ਼ਬਤ ਕੀਤੀਆਂ ਗਈਆਂ ਨੇ। ਸ਼ਰਮਾ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੁਰੂਆਤੀ ਤਫਤੀਸ਼ ਤੋਂ ਪਤਾ ਲੱਗਿਆ ਹੈ ਕਿ ਇਹ ਗਿਰੋਹ ਚੋਰੀ ਲਈ ਉੱਚ ਤਕਨੀਕੀ ਯੰਤਰਾਂ ਦਾ ਇਸਤੇਮਾਲ ਕਰਦਾ ਸੀ। ਇਹ ਗੱਡੀ ਨੂੰ 1 ਮਿੰਟ ਤੋਂ ਵੀ ਘੱਟ ਸਮੇਂ ਵਿੱਚ ਚੋਰੀ ਕਰ ਲੈਂਦੇ ਸਨ। ਇਸ ਤੋਂ ਇਲਾਵਾ ਇਹ ਗੈਰੇਜ 'ਚ 2 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਚੋਰੀ ਕੀਤੇ ਵਹੀਕਲ ਨੂੰ ਬੁਲਟ ਬੁਲਟ ਖੋਲ ਦਿੰਦੇ ਸਨ। ਉਨ੍ਹਾਂ ਦੱਸਿਆ ਕਿ ਆਰੋਪੀ ਚੋਰੀ ਕੀਤੇ ਵਾਹਨਾਂ ਦੀਆਂ ਕੀਮਤਾਂ ਦਰਸਾਉਣ ਲਈ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਦੇ ਸਨ। ਕੀਤੀ ਉਹਨੇ ਜ਼ੀਰਕਪੁਰ ਦਾ, ਇਹਦੇ ਨਾਲ 2 ਹੋਰ ਬੰਦੇ ਆਪਾਂ ਫੜੇ। ਇੱਕ ਤਾਂ ਰੋਪੜ ਦਾ, ਜਿਹਦਾ ਘਰ ਜਿਹੜਾ ਹੈਗਾ ਉਹ ਪਾਰਕਿੰਗ ਲਈ ਯੂਜ਼ ਹੁੰਦਾ ਸੀਗਾ ਚੋਰੀ ਦੀ ਗੱਡੀ, ਅਤੇ 1 ਕਬਾੜੀਆ ਹੈ ਜਿਹੜਾ ਰਾਜਪੁਰੇ ਦਾ। 4 ਬੰਦੇ, 1 ਫਰੀਦਕੋਟ ਦਾ, 1 ਰਾਜਪੁਰੇ ਦਾ ਅਤੇ 2 ਦਿੱਲੀ ਦੇ ਨੋਮੀਨੇਟ ਕੀਤੇ ਨੇ, ਜਿਹੜੇ ਕਾਰ ਡੀਲਰਸ ਵੀ ਹੈਗੇ ਅਤੇ ਕਬਾੜ ਦਾ ਕੰਮ ਵੀ ਕਰਦੇ। ਇਹਨਾਂ ਕੋਲੋਂ 15 ਗੱਡੀਆਂ, ਕੁਛ ਹਾਈ ਐਂਡ ਗੱਡੀਆਂ ਅਤੇ 6 ਇੰਜਨ ਗੱਡੀਆਂ 'ਤੇ ਬਰਾਮਦ ਹੋਏ। ਮੋਟਰ ਸੁਪਰਿੰਟ ਇਹ ਸੀਗਾ ਕਿ ਗੱਡੀ ਇਹ ਜਾਂ ਤਾਂ ਖੜ੍ਹੀ ਦੇਖ ਕੇ ਚੋਰੀ ਕਰਦੇ ਸੀਗੇ, ਜਾਂ ਹਾਈਵੇ 'ਚ ਕੋਈ ਵੀ ਫੈਮਿਲੀ ਜਾ ਰਹੀ ਹੈ ਉਹ ਰੁਕ ਕੇ ਕੁਛ ਸ਼ੋਪਿੰਗ ਕਰਨ ਜਾਂ ਕੁਛ ਖਾਣਾ ਖਾਣ ਅਤੇ ਇਹ ਚੋਰੀ ਕਰਕੇ ਲੈ ਜਾਂਦੇ ਸੀਗੇ। ਹਾਈਟੈਕ ਇਕੁਪਮੈਂਟ ਯੂਜ਼ ਕਰਦੇ ਸੀਗੇ ਕਿ ਕਾਰ ਲੋਕਿੰਗ ਸਿਸਟਮ ਜਿਹੜਾ ਹੈਗਾ ਉਹ ਕਿਵੇਂ ਬ੍ਰੇਕ ਕੀਤਾ ਜਾਵੇ ਨਾ, ਉਸਦਾ ਕੋਡ ਕਿਵੇਂ ਬ੍ਰੇਕ ਕੀਤਾ ਜਾਵੇ, ਅਤੇ 1 ਮਿੰਟ ਦੇ ਅੰਦਰ ਇਹ ਗੱਡੀ ਨੂੰ ਚੋਰੀ ਕਰ ਲੈਂਦੇ ਸੀਗੇ। ਅਤੇ ਨਾਲ ਹੀ ਜਾਂ ਤਾਂ ਗੱਡੀ ਚੇਸੀ ਅਤੇ ਇੰਜਨ ਨੰਬਰ ਸਕਰੈਪ ਕਰਕੇ ਜਾਂ ਕੈਮੀਕਲ ਤੋਂ ਰੱਬ ਕਰਕੇ ਅੱਗੇ ਵੇਚਦੇ ਸੀਗੇ, ਜਾਂ ਇਹ ਕਬਾੜੀਆਂ ਕੋਲ ਗੱਡੀ ਵੇਚ ਕੇ ਇੱਕ ਫਿਕਸਡ ਅਮਾਊਂਟ 'ਤੇ ਉਹ ਇਮੀਡੀਏਟਲੀ ਇਹਨੂੰ ਕਬਾੜੀ ਕੱਟ ਕਰ ਦਿੰਦੇ ਸੀ। ਗੱਡੀ ਜਿਹੜਾ ਕਿੰਗ ਪਿੰਨ ਹੈ ਉਹਦੇ 'ਤੇ ਤਾਂ ਕੋਈ 15 ਪਰਚੇ ਹੈ, ਦਿੱਲੀ, ਪੰਚਕੂਲਾ ਅਤੇ ਚੰਡੀਗੜ੍ਹ 'ਚ। ਸਰਗਰਮ ਸੀਗੇ ਟ੍ਰਾਈ ਸਿਟੀ 'ਚ, ਸਰਗਰਮ ਸੀਗੇ ਰਾਜਪੁਰਾ ਅਤੇ ਦਿੱਲੀ। ਕਿੰਗਪਿੰਨ ਤਾਂ ਹੁਣ ਕੋਈ 10 ਮਹੀਨੇ ਤੋਂ ਜੇਲ੍ਹ ਤੋਂ ਬਾਹਰ ਆਇਆ, ਅਤੇ ਇਹ ਰਿਕਵਰੀ ਜਿਹੜੀ ਹੈ 10 ਮਹੀਨੇ ਦੀ ਹੈ। ਹੁਣ ਤਾਂ ਇਨੀਸ਼ੀਅਲ ਇਨਵੈਸਟੀਗੇਸ਼ਨ ਹੈ ਅਤੇ ਹੋਰ ਵੀ ਰਿਕਵਰੀ ਹੁੰਦੀ ਹੈ ਸਮਾਪਤ। ਸਾਂਝ ਟੀਵੀ ਲਈ ਰੂਪਨਗਰ ਤੋਂ ਸੱਜਣ ਸੈਣੀ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ।